ਦਰਖਤਾਂ ਦੇ ਵਿਚਕਾਰ ਨਜ਼ਰ ਆ ਰਹੇ ਇਸ ਤੇਂਦੂਏ ਨੇ ਇਲਾਕੇ ਦੇ ਵਿੱਚ ਆਤੰਕ ਮਚਾਇਆ ਹੋਇਆ, ਜੋ ਲਗਾਤਾਰ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਤੇ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਪਾਲਤੂ ਜਾਨਵਰਾਂ ਤੇ ਅਟੈਕ ਕਰ ਦਿੰਦਾ ਤੇ ਉਹਨਾਂ ਨੂੰ ਚੱਕ ਕੇ ਲੈ ਜਾਂਦਾ, ਜਿਸ ਕਾਰਨ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ। ਦਰਅਸਲ ਕੁਝ ਮਹੀਨੇ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਨੰਗਲ ਦੇ ਨਾਲ ਲੱਗਦੇ ਪਿੰਡ ਨਿੱਕੂ ਨੰਗਲ 'ਚ ਇਹ ਖੂੰਖਾਰ ਤੇਂਦੂਆ ਦੇਖਣ ਨੂੰ ਮਿਲਿਆ, ਜਿਸ ਕਾਰਨ ਖੌਫ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਅਤੇ ਸਥਾਨਕ ਲੋਕ ਆਪਣੇ ਬੱਚਿਆਂ ਅਤੇ ਜਾਨਵਰਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਬੀਤੇ ਇੱਕ ਹਫ਼ਤੇ ਦੀ ਹੀ ਗੱਲ ਕਰੀਏ ਤਾਂ ਇਸ ਤੇਂਦੂਏ ਨੇ ਦੋ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਸਥਾਨਕ ਲੋਕਾਂ ਨੇ ਇਸ ਤੇਂਦੂਏ ਨੂੰ ਫੜਨ ਲਈ ਗੁਹਾਰ ਲਗਾਈ ਹੈ। ਪਿੰਡ ਵਾਸੀ ਰਾਮ ਲਾਲ ਦਾ ਕਹਿਣਾ ਹੈ ਕਿ ਉਹ ਆਪਣੀਆਂ ਬੱਕਰੀਆਂ ਚਰਾਉਣ ਲਈ ਲੈ ਕੇ ਗਿਆ ਤਾਂ ਦਿਨ ਦਿਹਾੜੇ ਤੇਂਦੂਆ ਉਸਦਾ ਬੱਕਰਾ ਚੁੱਕ ਕੇ ਹੀ ਲੈ ਗਿਆ ਅਤੇ ਉਸਦੇ ਸ਼ੋਰ ਮਚਾਉਣ ਤੇ ਬੱਕਰਾ ਮਾਰ ਕੇ ਛੱਡ ਕੇ ਜੰਗਲਾਂ ਵੱਲ ਨੂੰ ਚਲਾ ਗਿਆ ਅਤੇ ਬੀਤੀ ਰਾਤ ਵੀ ਉਸਦੀ ਬੱਕਰੀ ਨੂੰ ਸ਼ਿਕਾਰ ਬਣਾਇਆ। ਪੀੜਤ ਰਾਮ ਲਾਲ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਕੈਂਸਰ ਪੀੜਤ ਵੀ ਹੈ, ਜਿਸ ਕਾਰਨ ਉਸਨੇ ਮਜ਼ਦੂਰੀ ਛੱਡ ਕੇ ਬੱਕਰੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਇੱਕ ਹਫ਼ਤੇ 'ਚ ਹੀ ਤੇਂਦੂਆ ਦੋ ਬੱਕਰੀਆਂ ਨੂੰ ਚੁੱਕ ਕੇ ਲੈ ਵੀ ਗਿਆ। ਭਰੇ ਮਨ ਦੇ ਨਾਲ ਪੀੜਤ ਨੇ ਵਣ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੱਸਣਾ ਬਣਦਾ ਕਿ ਇਹ ਤੇਂਦੂਆ ਇੱਧਰ ਉੱਧਰ ਘੁੰਮਦੇ ਹੋਏ ਲੋਕਾਂ ਦੇ ਕੈਮਰੇ ਦੇ ਵਿੱਚ ਵੀ ਕੈਦ ਹੋਇਆ। ਉੱਥੇ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈ ਰਹੇ ਨੇ ਤੇ ਲੋਕਾਂ ਨੂੰ ਰਾਤ ਵੇਲੇ ਘਰ ਦੀਆਂ ਲਾਈਟਾਂ ਜਗਾ ਕੇ ਰੱਖਣ ਦੀ ਸਲਾਹ ਦੇ ਰਹੇ ਨੇ ਅਤੇ ਆਪਣੇ ਬਚਾਅ ਲਈ ਹਥਿਆਰ ਰੱਖਣ ਦੀ ਵੀ ਅਪੀਲ ਕੀਤੀ ਹੈ। ਜਦੋਂ ਜਹਿਦ ਨਾਲ ਮਹਿਕਮਾ ਆਪਣੀ ਕਾਰਵਾਈ ਕਰ ਰਿਹਾ ਜੀ, ਘੁੰਮ ਫਿਰ ਰਿਹਾ ਹੈ ਤਾਂ ਕਿ ਤੇਂਦੂਏ ਨੂੰ ਫੜਿਆ ਜਾਵੇ, ਕਿਉਂਕਿ ਹਿਮਾਚਲ ਵੀ ਨਾਲ ਲੱਗਦਾ ਹੈ, ਉੱਧਰੋਂ ਵੀ ਤੇਂਦੂਆ ਘੁੰਮ ਕੇ ਇੱਧਰ ਜੰਗਲ 'ਚ ਆ ਜਾਂਦਾ। ਜੰਗਲ ਕਾਫੀ ਵੱਡਾ ਜੰਗਲ ਹੋਣ ਕਰਕੇ ਇਹ ਤਾਂ ਪਤਾ ਨਹੀਂ ਹਜੇ ਚੱਲ ਰਿਹਾ ਵੀ ਕਿਹੜੀ ਥਾਂ 'ਤੇ ਅਟੈਕ ਕਰ ਰਿਹਾ। ਅਸੀਂ ਹੁਣ ਇੱਥੇ ਪਿੰਜਰਾ ਲਗਾ ਰਹੇ ਹਾਂ ਜੀ, ਪਹਿਲਾਂ ਵੀ ਇੱਥੋਂ ਖਬਰ ਆਈ ਸੀਗੀ ਤੇਂਦੂਏ ਦੀ ਵੀ ਤੇਂਦੂਆ ਇੱਥੇ ਫਿਰ, ਅਸੀਂ ਨਾਲ ਦੇ ਪਿੰਡ ਤਲਵਾੜੇ ਪਿੰਜਰਾ ਲਾਇਆ ਵਾ ਅਤੇ ਇੱਕ ਪਿੰਜਰਾ ਇੱਥੇ ਲਗਾਵਾਂਗੇ ਹੁਣ। ਬਿਲਕੁਲ ਜੀ, ਇਹਦਾ ਪੋਸਟਮਾਰਟਮ ਕਰਵਾ ਕੇ ਬੱਕਰੀ ਦਾ ਇਹਦਾ ਮੁਆਵਜ਼ੇ ਲਈ ਅਸੀਂ ਅੱਗੇ ਭੇਜਾਂਗੇ ਉੱਚ ਅਧਿਕਾਰੀਆਂ ਨੂੰ, ਉੱਚ ਅਧਿਕਾਰੀਆਂ ਤੋਂ ਪਾਸ ਹੋ ਕੇ ਫਿਰ ਆ ਜਾਏਗਾ, ਇਹਨਾਂ ਨੂੰ ਮੁਆਵਜ਼ਾ ਮਿਲ ਜਾਏ। ਹਾਂ ਬਿਲਕੁਲ, ਤੇਂਦੂਏ ਦਾ ਹੀ ਸ਼ਿਕਾਰ ਹੋਇਆ ਹੈ ਬੱਚਾ ਜੀ। ਤੇਂਦੂਆ ਫਿਲਹਾਲ ਤਾਂ ਬੱਚਾ ਹੀ ਲੱਗਦਾ ਜੀ, ਕਿਉਂਕਿ ਅਸੀਂ ਤਾਂ ਖੁਦ ਦੇਖਿਆ ਨਹੀਂ ਹੈਗਾ, ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਬੱਚਾ ਹੀ ਹੈ ਹਜੇ ਤੇਂਦੂਆ। ਲੋਕਾਂ ਨੂੰ ਅਸੀਂ ਅਪੀਲ ਇਹੀ ਕਰਦੇ ਵੀ ਆਪਣੇ ਘਰ ਦੀਆਂ ਲਾਈਟਾਂ ਬਾਲ ਕੇ ਰੱਖਣ, ਜੇਕਰ ਬਾਹਰ ਅੰਦਰ ਵੀ ਜਾਣਾ ਹੱਥ ਦੇ ਵਿੱਚ ਸੋਟੀ ਵਗੈਰਾ ਜ਼ਰੂਰ ਰੱਖਣ। ਬਾਕੀ ਸਾਡੀ ਵੀ ਅਗਸਤ ਦਿਨ ਰਾਤ ਜਾਰੀ ਹੈ ਜੀ, ਉਹ ਉੱਚ ਅਧਿਕਾਰੀਆਂ ਦੇ ਮੁਤਾਬਕ ਜਿੱਦਾਂ ਉਹ ਕਹਿਣਗੇ ਅਸੀਂ ਉੱਦਾਂ ਕਰਾਂਗੇ। ਮੇਰੀ ਇੱਕ 23 ਤਰੀਕ ਨੂੰ ਬੱਕਰੀ ਖਾਧੀ ਹੈ ਜੀ ਰੋਡ ਦੇ ਕੰਢੇ 'ਤੇ, ਅੱਜ ਤਾਂ ਮੇਰੇ ਘਰ ਦੇ ਵਿੱਚੋਂ ਇਹ ਕੱਲ੍ਹ ਬੱਕਰੀ ਮੇਰੇ ਘਰ ਦੇ ਵਿੱਚ ਸ਼ਾਮੀ 7:15 ਵਜੇ ਮੇਰੇ ਬਾਥਰੂਮ ਦੇ ਕੋਲ 'ਤੇ ਬੱਕਰੀ ਚੁੱਕ ਕੇ ਲੈ ਗਿਆ। ਫਿਰ ਅੱਗੇ ਜਾ ਕੇ ਤਾੜਾ ਤੂੜਾ ਅਸੀਂ ਮਾਰੀਆਂ, ਰੌਲਾ ਰੌਲਾ ਪਾਇਆ ਤਾਂ ਫਿਰ ਉਹ ਛੱਡ ਕੇ ਚੱਲ ਗਿਆ ਜੀ। ਤਾਂ ਬੱਕਰੀ ਇਸ ਵੇਲੇ ਮੇਰੇ ਕੋਲ ਹੈ, ਤਾਂ ਹੁਣ ਮੈਂ ਇਹੀ ਸਰ ਇਹਨਾਂ 'ਤੇ ਚਾਹੁੰਦਾ ਵੀ ਮੈਨੂੰ ਕੁਛ ਮਿਲ ਜਾਵੇ। ਕੰਮ ਕੀ ਕਰਦੇ? ਮੈਂ ਤਿਆੜੀ ਤੂੜੀ ਕਰਦਾ ਤਾ ਜੀ, ਹੁਣ ਮੈਨੂੰ 7 ਸਾਲ ਹੋ ਗਏ ਜੀ, ਮੇਰਾ ਕੈਂਸਰ ਹੋ ਗਿਆ ਤਾ ਜੀ। ਕੈਂਸਰ ਦੇ ਬਾਅਦ ਮੈਂ ਫਿਰ ਤਿਆੜੀ ਤੂੜੀ ਕਰਨੀ ਛੱਡਤੀ, ਵੀ ਮੈਨੂੰ ਨਾ ਦਿੱਤੀ ਡਾਕਟਰ ਨੇ ਵੀ ਸਿਰਫ ਵਜਨ ਨਹੀਂ ਚੱਕਣਾ। ਬਾਕੀ ਮੇਰਾ ਇਹੀ ਬਿਜ਼ਨਸ ਹੈ ਹੁਣ, ਚਲਾਇਆ ਵਾ ਆਪਣਾ ਰੋਟੀ ਰਾਗ ਆਪਣਾ। ਹਾਂਜੀ, ਕਿੰਨੀਆਂ ਬੱਕਰੀਆਂ ਸਾਡੇ ਕੋਲ? ਬੱਕਰੀਆਂ ਮੇਰੇ ਕੋਲ 5-6 ਬੱਕਰੀਆਂ ਹੈ ਜੀ, ਤਾਂ ਬਾਕੀ 6 ਹੈ ਜੀ। ਹਾਂਜੀ, ਮਤਲਬ ਤੁਹਾਡਾ ਰੋਜ਼ਗਾਰ ਦਾ ਇਹੀ ਕੰਮ? ਇਹੀ ਕੰਮ ਹੈ ਜੀ ਮੇਰਾ ਰੋਜ਼ਗਾਰ ਦਾ। ਮੈਂ ਦਿਹਾੜੀ ਨਹੀਂ ਕਰ ਸਕਦਾ ਤਾਂ ਨਾ ਮੈਨੂੰ ਡਾਕਟਰ ਨੇ ਨਾ ਦਿੱਤੀ ਵੀ। ਤੁਹਾਨੂੰ ਮਹਿਕਮੇ ਨੇ ਇੱਕ ਆਸ਼ਵਾਸਨ ਦਿਲਾਇਆ ਕਿ ਹਾਂ ਵੀ ਕੋਈ ਮੁਆਵਜ਼ਾ ਦਿਲਾਂਗੇ? ਹਾਂਜੀ, ਇਹਨਾਂ ਨੇ ਪਹਿਲਾਂ ਵੀ ਮੇਰਾ ਇੱਕ ਚੱਕਿਆ ਤਾ ਜੀ ਤੰਦੂਏ ਨੇ, ਤਾਂ ਇਹਨੇ ਬਹੁਤ ਮਦਦ ਕਰਕੇ ਮੈਨੂੰ
ਸਹਾਇਤਾ ਕੀਤੀ ਮੇਰੀ ਹੈਗੀ, ਮੈਨੂੰ ਜੋ ਵੀ ਮਜ਼ਾਕ ਮਿਲਣਾ ਚਾਹੀਦਾ ਤਾਂ ਮੈਨੂੰ ਮਿਲਿਆ ਜੀ। ਹਾਂਜੀ, ਬਹੁਤ ਵਧੀਆ ਕੰਮ ਕਰ ਰਿਹਾ, ਉੱਦਾਂ ਨਹੀਂ ਹੈ ਜੀ, ਬਹੁਤ ਵਧੀਆ ਕੰਮ ਕਰ ਰਿਹਾ ਹੈ। ਸਾਨੂੰ ਡਰ ਬਹੁਤ ਹੈ, ਇੱਥੇ ਨਾਲ ਤੇ ਲੈ ਜਾਂਦਾ ਚੱਕ, ਅਸੀਂ ਤਿੰਨ ਤਿੰਨ ਚਾਰ ਚਾਰ ਜਣੇ ਹੁੰਦੇ ਇਕੱਠੇ ਬੱਕਰੀਆਂ ਚਾਰਦੇ, ਵਿੱਚ ਤੇ ਲੈ ਜਾਂਦਾ ਜਿਹਦੇ ਚੱਕ, ਪਤਾ ਵੀ ਨਹੀਂ ਲੱਗਣ ਦਿੰਦਾ ਹੈ। ਮਾੜਾ ਜਿਹਾ ਲੱਗਿਆ ਪਤਾ, ਪਰ ਜ਼ਿਆਦਾ ਨਹੀਂ ਲੱਗਿਆ ਹੈਗਾ। ਹਾਂਜੀ, ਜਿਹੜਾ 23 ਤਰੀਕ ਚੱਕਿਆ ਉਹਦਾ ਪਤਾ ਲੱਗ ਗਿਆ ਸਾਨੂੰ। ਹਾਂਜੀ, ਉਹ 6-7 ਫੁੱਟ ਦਾ ਤਾ ਜਿਹੜਾ 23 ਤਰੀਕ ਨੂੰ ਚੱਕਿਆ ਜੀ ਨਾ ਸਾਡੀ ਬੱਕਰੀ। ਹਾਂਜੀ, ਕੱਲ ਵਾਲੇ ਦਾ ਨੀ ਇੰਨਾ ਪਤਾ ਲੱਗਿਆ ਹੈਗਾ। ਹਾਂਜੀ, ਬੱਚਿਆਂ ਦਾ ਡਰ ਹੈ, ਸਾਰੀ ਰਾਤ ਲਾਈਟ ਬਾਲ ਕੇ ਰੱਖੀ ਅਸੀਂ, ਇੱਥੇ ਬਾਹਰ ਸੁੱਤੇ ਵੇ ਤੇ ਬੱਚੇ ਅੰਦਰ ਸੁੱਤੇ ਤੇ, ਫਿਰ ਹੁਣ ਡਰ ਤਾਂ ਹੈਗਾ, ਹੁਣ ਰੱਖੇ ਵੀ ਜਾਨਵਰ ਤਾਂ ਹੁਣ ਸਾਂਭ ਸੂੰਭ ਤਾਂ ਕਰਨੀ ਪੈਣੀ, ਚਾਰਨੀ ਤਾਂ ਪੈਣੀ ਹੈ ਜੀ ਕਿਤੇ।